ਬੀੜੀ ਵਾਲਾ ਕੁੜਤਾ ਲੱਭੇ ਮੈਨੂੰ ਕਿਹੜੀ ਚੀਜ਼ ਮਾੜੀ ਨਹੀਂ ਗਈ ਆਹਾ ਪਾਈਪ तो जिमें कि गाइज तुहानू लास्ट व्लॉग में दस्या सीगा भी अज शायद असी नानक सर जाइए तो फाइनली हुण चले नानक सर। हाँ जी वेलकम बैक टू माई चैनल गाइज, होपफुली तुसीं सारे वधिया होवोंगे। तो नाल ये भी दो की पहली बार कला नहीं मतलब नाल कर दे बिना फस्ट एक्सपीरियंस तो पिछे सारे सानू भूली जाते भी मुंडे की करी जाते कमरे चलो बस इन सीन भी नहीं लगते होंगे कितने पिछे। हेलो इतने आ जाओ। हाँ फिर बस कर हम तू चाई करके तू तो पूरी बस खाली पई हजे तो नहीं तेन न्याणे है आप हजे अपने तो खाली किवें कह सकदा बैठो बैठो एंड वाली सीट मिली आप बस फाइनली गाइस पहुंच ही चुके हैं ते बस तो उतर चुके हैं ते हुण तुर के चलते हैं। ये तो उसको आटो करने को कहते मैं फिर ब्लॉग किमें बनूगा यार ब्लॉग मतलब कट हो जाए ना उच्च तो पूरा पहुँच गए तो हम गांह चल के मिलते हैं कि बनता वेखी चलो। तो फाइनली गाइस अंदर आ चुके हैं हम थोड़ी जी वाट हो रही परीक्षण करते हुए फाटक आने वाले नेड़े पहले इतों प्रसाद लेने तो फिर अंदर चलते हैं। ये स्कीम लाने पाए कहते जाते हुए ट्रेन पर जाना हूँ टाइम पूछने लगे भी ट्रेन किन्ने बजे होनी मैंने तो लगता बेस्ती करा के हुए फिर छोड़ो पर मैं कहने अं चलो सीधा यार निकल चलो बंद है कमरा कोई नहीं बैठा दे वो तू गांव भी देख ला चलो फिर माड़ा जहा गांह 30 रुपये तीह तू खेल गए बुद्धि अरे हम बिठा दीजिए माड़ा मोटा अंदर गड्डी तो दिखा दे यार एक करी गड्डी अपने ना किले करा लियो गल सुन जसन मैं कहना पैना पेंट ला दे आपकी। अच्छा वो तीजी चौथी पौड़ी ते बह के वीडियो बना ये बड़ी अच्छी बात कही यार सही बन गई सही बनाएगा अंदर ही चला जाना उससे एक नंबर थले आ कोई ना की पता फट ही जाने यार लाल लाल हो गए चलो फिर बुढ़िया वाले पासे तुरी जाते
ਫਾਈਨਲੀ ਗਾਈਸ ਮੱਥਾ ਟੇਕ ਕੇ ਬਾਹਰ ਨਿਕਲ ਚੁੱਕੇ ਹਾਂ ਅਤੇ ਮੈਂ ਤਾਂ ਕਿਹਾ ਸੀ ਬਹਿੰਦੇ ਹਾਂ ਥੋੜ੍ਹਾ ਚਿਰ ਜਾਂ ਅਸੀਂ ਸਲਾਹ ਬਣਾਈ ਸੀ ਮੈਂ ਤਾਂ ਜਸੂ ਨੇ ਵੀ ਚਾਹ ਪੀ ਆਈ ਪਹਿਲਾਂ ਚਾਹ ਜਾ ਕੇ ਪੀ ਆਉਂਦੇ ਹਾਂ ਆ ਨਹੀਂ ਮੰਨਿਆ ਕਿ ਪਹਿਲਾਂ ਲੰਗਰ ਛਕਣਾ ਫਿਰ ਬੈਠਾਂਗੇ ਅਤੇ ਜਾਂ ਫਿਰ ਬਾਅਦ 'ਚ ਚਾਹ ਪੀਵਾਂਗੇ ਅਤੇ ਟਾਈਮ ਹੋ ਰਿਹਾ ਜੀ ਰਾਈਡ ਨਾਊ ਡੇਢ ਮੈਂ ਤਾਂ ਨਹੀਂ ਛੇਤੀ ਕਦੇ ਲੰਗਰ ਛਕਿਆ ਨਹੀਂ ਪਰ ਛੱਕ ਲੈਂਦੇ ਹਾਂ ਹੁਣ ਜੇ ਇਹ ਕਹਿੰਦੇ ਤਾਂ ਆ ਕੇ ਲੰਗਰ ਹਾਂ ਹੁਣ ਮੇਰੇ ਤਾਂ ਹਜੇ ਵੈਸੇ ਦੀ ਲੋੜ ਹੈ ਨਹੀਂ ਮੈਂ ਤਾਂ 2:30-3 ਵਜੇ ਛਕਦਾ ਹੁੰਦਾ ਮੈਨੂੰ ਤਾਂ ਆਪ ਮੈਂ 2:30-3 ਵਜੇ ਛਕਦਾ ਹੁੰਦਾ ਅਤੇ ਪਰ ਚਲੋ ਕੋਈ ਨਾ ਹੁਣ ਫਿਰ ਇਹ ਕਹਿੰਦਾ ਸੀ ਮੈਂ ਇਕੱਲਾ ਜਾਂਦਾ ਸੀ ਕਹਿੰਦੇ ਸੀ ਅਸੀਂ ਪਹਿਲੇ ਚਾਹ ਪੀਣ ਜਾਂਦੇ ਫਿਰ ਵੀ ਨਹੀਂ ਬਣਨੇ ਕਹਿੰਦਾ ਚਾਹ ਬਾਅਦ ਪੀਵਾਂ ਕੇ ਆਏ ਹਾਂ ਆਏ ਹਾਂ ਫਿਰ ਜਿਵੇਂ ਤਿਵੇਂ ਕਰਕੇ ਲੈ ਹੀ ਆਇਆ ਅਤੇ ਵੇਖੋ ਫਿਰ ਅੰਦਰ ਕੀ ਬਣਦਾ ਹੁਣ ਬਣਦਾ ਕੀ ਆ ਅਸੀਂ ਲੰਗਰ ਛਕਣਾ ਹੁਣ ਕੀ ਕਰਨਾ ਹਾਂ ਬਸ ਬਹੁਤ ਆ ਤੁਸੀਂ ਆਪਦੇ ਘਰੇ ਛਕੋ ਅਸੀਂ ਇੱਥੇ ਖਾਂਦੇ ਇੱਧਰ ਸੋਰੀ 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 ਇਹ ਮੈਨੂੰ ਲੰਗਰ ਵਾਲੀ ਨਹੀਂ ਪਤਾ ਅਸੀਂ ਗਾਂਹ ਨਿਕਲ ਚੱਲੇ ਹਾਂ ਮੈਂ ਪਹਿਲੀ ਵਾਰ ਆਇਆ ਇੱਧਰ ਸਾਡੇ ਇਹਨੇ 3-4 ਗੱਡੀ ਨਾ ਇੱਥੇ ਹੀ ਮਰਾ ਗਏ ਪਹਿਲਾਂ ਗਾਂਹ ਜਾਂਦੇ ਸੀ ਫਿਰ ਅਸੀਂ ਪਿੱਛੇ ਜਾਂਦੇ ਫਿਰ ਅਸੀਂ ਗਾਂਹ ਜਾਂਦੇ ਸੀਗੇ ਅਖੇ ਵੀ ਪਾਰਕ ਦਿਖਾਉਣਾ ਤੁਹਾਨੂੰ ਪਾਰਕ ਦਾ ਰਾਹ ਇਹਨੂੰ ਪਤਾ ਨਹੀਂ ਆਪ ਭੁੱਲ ਗਿਆ ਕਿ ਕੰਸਟਰਕਸ਼ਨ ਚੱਲੀ ਜਾਂਦੀ ਉੱਧਰਲੇ ਪਾਸੇ ਤਾਂ ਕਿ ਫਿਰ ਵੀ ਇੰਨਾ ਵੱਡਾ ਭੁਲੇਖਾ ਤਾਂ ਨਹੀਂ ਪੈਂਦਾ ਤਾਂ ਨਹੀਂ ਹੁੰਦਾ ਇਹਨਾਂ ਡੇਢ ਨਾ ਬੰਦ ਹੋ ਗਈ 3-4 ਵਾਰੀ ਪਹਿਲਾਂ ਇੱਧਰ ਨੂੰ ਗਏ ਫਿਰ ਇੱਧਰ ਨੂੰ ਫਿਰ ਇੱਧਰ ਲੱਗਿਆ 3-4 ਵਾਰੀ ਤੂੰ ਦੱਸ ਦਰਖਤ ਵੇਖੋ ਕਿੰਨਾ ਉਹ ਵਾਲਾ ਰਾਤ ਨੂੰ ਕਿੰਨਾ ਡਰ ਲੱਗਦਾ ਹੋਣਾ ਕੈਮਰੇ 'ਚ ਨਹੀਂ ਜੱਜ ਹੋਣਾ ਇੱਥੇ ਮਤਲਬ ਇੱਧਰ ਤੋਂ ਆਪਾਂ ਪਰਲੇ ਪਾਸੇ ਛਾਂ ਗਈ ਤਾਂ ਕਰਕੇ ਹਨੇਰਾ ਆਉਂਦਾ ਹੋਣਾ ਥੋੜ੍ਹਾ ਜਿਹਾ ਪਰ ਬਹੁਤ ਜ਼ਿਆਦਾ ਡਰਾਵਣਾ ਯਾਰ ਪਾਰਕ ਵੱਲ ਚੱਲਦੇ ਪਏ ਹਾਂ ਫਿਰ ਆ ਗਿਆ ਯਾਦ ਰਾਹ ਕਿ ਹਜੇ ਵੀ ਨਹੀਂ ਆਉਣਾ ਕੋਈ ਨਾ ਚੱਲ ਪੈਂਟ ਗੰਦੀ ਹੋ ਗਈ ਪੈਂਟ ਨੂੰ ਕੀ ਆ ਧੋ ਲਿਓ ਘਰੇ ਜਾ ਕੇ 10,000 ਪੈਂਟ ਦੀ ਮੇਰੇ ਤਾਂ ਬਾਲੀ ਨੀਵੀਂ ਆ ਭਰਾਵਾ ਉੱਚੀ ਚੰਦ ਫੋਲਡ ਕਰ ਲਾ ਫਾਈਨਲੀ ਆਈ ਗਏ ਪਾਰਕ 'ਚ ਬਸ ਅਸੀਂ ਲੱਭਿਆ ਜਾਂ ਕਹਿ ਦਿਓ ਐਵੇਂ ਦੇਖ ਕਿੰਨੇ ਕਿੰਨੇ ਕਿੱਧਰੋਂ ਕਿੱਧਰੋਂ ਘੁੰਮ ਕੇ ਆਏ ਹਾਂ ਕਿੰਨੇ ਗੇੜੇ ਲਵਾਈ ਜਾਂਦੇ ਅੰਦਰ ਰਸ਼ ਬਹੁਤ ਤੇ ਵੇਖੋ ਆਹ ਜਿਸ਼ਨ ਕਹਿੰਦਾ ਆ ਇੱਥੇ ਜਾਲੀਆਂ ਲੱਗੀਆਂ ਜੱਜ ਜਿਹਾ ਨਹੀਂ ਹੁੰਦਾ ਕੈਮਰੇ 'ਚ ਹਾਂ ਦੱਸੋ ਕੀ ਕਰਨਾ ਆਹ ਇੱਧਰ ਵੀ ਘੈਂਟ ਵੈਸੇ ਪਰ ਇੱਥੇ ਪੱਥਰਾਂ 'ਤੇ ਲਿਖਿਆ ਗਿਆ ਨਾਂ ਨੂੰ ਜੀ ਗਾਈਸ ਫਾਈਨਲੀ ਚੱਲੇ ਹਾਂ ਵਾਪਸ ਪਾਰਕ ਦੇਖਣ ਨਹੀਂ ਦਿੱਤਾ ਜਮ੍ਹਾਂ ਵੀ ਵਲੋਗ ਨਹੀਂ ਬਣਿਆ ਸਾਡਾ ਮਤਲਬ ਰੀਲਾਂ ਵੱਲ ਧਿਆਨ ਹੋ ਗਿਆ ਮਾੜਾ ਮੋਟਾ ਫੋਟੋਆਂ ਵੱਲ ਧਿਆਨ ਹੋ ਗਿਆ ਸੜਕ 'ਤੇ ਖੜੇ ਖੁੜੇ ਰਹੇ ਅੰਦਰ ਜਾਣ ਦਾ ਮੌਕਾ ਜਾਂ ਨਹੀਂ ਮਿਲਿਆ ਸਾਨੂੰ ਮੌਕਾ ਤਾਂ ਹੈਗਾ ਵਾਧੂ ਪਰ ਟਾਈਮ ਹੈ ਨਹੀਂ ਗਾ ਹੁਣ ਇਹ ਕਹਿੰਦੇ ਟ੍ਰੇਨ 'ਤੇ ਜਾਣਾ ਅਤੇ ਟ੍ਰੇਨ ਦਾ ਟਾਈਮ ਹੋ ਚੁੱਕਿਆ ਸਟੇਸ਼ਨ ਸਾਹਮਣੇ ਆ ਬਿਲਕੁਲ ਚਲੋ ਟਪਾਉਣ ਧਿਆਨ ਰੱਖੀ ਇੱਧਰ ਡੇਗ ਨਾ ਫੋਨ ਕਰ ਫੋਨ ਫੜੀ ਜਸੂ ਇਹਦੇ ਡਿੱਗਿਆ ਨਾ ਉਹ ਖੜ ਕੇ ਆ ਬਹਿ ਗਏ ਕਦੋਂ ਹੁਣ ਇਹ ਤਾਂ ਸੌਖਾ ਆ ਯਾਰ ਥੋੜ੍ਹਾ ਜਿਹਾ ਥੋੜ੍ਹਾ ਨਹੀਂ ਖਾ ਸਕਦਾ ਰੋ ਵੀ ਮਾਰ ਬੱਜਾ ਕੇ ਮੋਗੀ ਨੇ ਤੈਨੂੰ ਰੋ ਮਾਰ ਬੱਜਾ ਇੱਥੇ ਖੜੇ ਹਾਂ ਹੁਣ ਟ੍ਰੇਨ ਦੀ ਵੇਟ 'ਚ ਹਾਂ ਬਈ ਟ੍ਰੇਨ ਹੀ ਨਹੀਂ ਆਉਂਦੀ ਪਈ ਯਾਰ ਟਾਈਮ ਵੀ ਬੜਾ ਲੱਗਦਾ ਕਦੇ ਟਿਕਟ ਲੈ ਕੇ ਖੜੇ ਹਾਂ ਫਾਈਨਲੀ ਗਾਈਸ ਟ੍ਰੇਨ ਆ ਗਈ ਆ ਅਤੇ ਚੱਲਦੇ ਹਾਂ ਟ੍ਰੇਨ 'ਚ ਵੀ ਮਤਲਬ ਬਹੁਤ ਚਿਰ ਬਾਅਦ ਸਫ਼ਰ ਕਰਨ ਲੱਗਾ 2011-12 ਟਿਕਟ ਮੇਰੇ ਕੋਲ ਹੈ ਨਹੀਂ ਸ਼ੁਕਰ ਚਲੋ ਚਲੋ ਜਾਓ ਜਾਓ ਆਉਂਦੀ ਵੀ ਪਈ ਹੈ ਕਿ ਨਹੀਂ ਨਹੀਂ ਆ ਜੇ ਬਹਿ ਨਾ ਜਾਈਏ ਯਾਰ ਇੱਥੇ ਇੱਕ ਵਾਰੀ ਵੀ ਨਹੀਂ ਲਾਈ ਆਪਾਂ ਟ੍ਰੇਨ ਆ ਗਈ ਪਿੱਛੇ ਹੋ ਜਾਓ ਬਸ ਟ੍ਰੇਨ ਆ ਗਈ ਇਹ ਤਾਂ ਹੌਲੀ ਬੜੀ ਹੈ ਯਾਰ ਕਿਹ ਰੁਕਣ ਲੱਗੀ ਮੈਂ ਤਾਂ ਯਾਰ ਅੱਗੇ ਬੰਦਾ ਵੀ ਪਹਿਲੀ ਵਾਰ ਦੇਖਿਆ ਬੈਠਾ ਹੋਵੇ ਹਵਾ ਹੀ ਬੜੀ ਮਾਰਦੀ ਹੈ ਤਾਂ ਰੁਕ ਰੁਕ ਨਹੀਂ ਬੈਠੀ ਬੈਠੀ ਬਾਰੀ ਕਰ ਲੂ ਬਾਈ ਵਾਲੀ ਜਮਾਂ ਵਿਹਲੀ ਆ ਬਾਰੀ ਜਿੱਥੇ ਬਾਈ ਬੈਠਾ ਹੈ
ਤੇ ਗਾਈਸ ਇੱਥੇ ਆਪਾਂ ਰਾਹ 'ਚ ਖੜੇ ਸੀਗੇ ਸਟੇਸ਼ਨ 'ਤੇ, ਖੜੇ ਨਹੀਂ ਸੀ ਜਾਣੀ, ਟ੍ਰੇਨ ਰੁਕੀ ਸੀਗੀ ਸਾਡੇ ਕਰਕੇ ਤਾਂ ਨਹੀਂ। ਅਤੇ ਸਟੇਸ਼ਨ ਵੇਖੋ ਯਾਰ ਕਿੱਦਾਂ ਕਿ ਜ਼ਿਆਦਾ ਘੈਂਟ ਆ ਜੱਤਵਾਲ ਦਾ, ਵਾਹਵਾ ਪੁਰਾਣਾ, ਬਹੁਤ ਜ਼ਿਆਦਾ ਪੁਰਾਣਾ ਲੱਗਦਾ, ਸ਼ੂਟ ਸ਼ਾਟ ਲਾਉਣ ਨੂੰ ਪੂਰਾ ਐਨ ਘੈਂਟ ਹੈ ਨਾ। ਇੱਥੇ ਵੇਖੀ ਵਧੀਆ ਹੋਊਗੀ, ਇੱਧਰੋਂ ਕਾਲੀ ਆਉਂਦੀ ਇੱਧਰੋਂ ਸੈੱਟ ਆਉਂਦੀ, ਕਿਵੇਂ ਮਜ਼ਾ ਆਉਂਦਾ, ਝੂਟੇ ਆਈ ਜਾਂਦੇ, ਟਰੈਕਟਰ ਨੀ ਵੇਖਿਆ ਹੋਊਗਾ, ਦੱਸ ਗੱਲਾਂ ਵੇਖ ਕਰਦਾ। DJ YTS ਫਾਈਨਲੀ ਆ ਚੁੱਕੇ ਹਾਂ ਮੋਗੇ, ਅਤੇ ਹੁਣ ਇੱਥੇ ਮਾੜਾ ਬੈਠੇ ਸੀ, ਮੈਂ ਚੱਲਦੇ ਥੋੜ੍ਹਾ ਜਿਹਾ ਘਰ, ਖੋਲਦੀ ਨਹੀਂ ਪਈ, ਖੋਲੀ 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 ਬਸ ਗੱਲ ਹੋਣਾ, ਬੀੜੀ ਵਾਲਾ ਕੁੜਤਾ ਲੱਭਿਆ ਮੈਨੂੰ, ਆਵੇ ਬੀੜੀ 'ਤੇ ਪਾਇਆ ਹੁੰਦਾ, ਬੀੜੀ 'ਤੇ ਪਾਇਆ ਹੁੰਦਾ, ਹਾਂ ਕਿਹੜੀ, ਹਾਂ ਇਹ ਵੀ ਸੋਹਣੀ, ਕਿਹੜੀ ਚੀਜ਼ ਮਾੜੀ ਨਹੀਂ, ਹਾਂ ਹਾਂ ਪਾਈ ਪਾਓ।